ਅਬੂ ਹਾਂ ਮੈਂ ਪੁੱਤ। ਕੱਪੜੇ ਧੋਏ ਆਈ ਆ। ਹਾਂ ਮੰਮੀ ਆਖਿਆ ਵੀ ਸ਼ਾਦੀ ਤੇ ਜਾਣਾ ਤੇ ਸ਼ਾਦੀ ਤੇ ਜਾਣਾ। ਹਾਂਜੀ ਜਾਣਾ ਨਹੀਂ ਕੋਈ ਨੀ ਮੇਰਾ ਪੁੱਤ, ਜਾਣਾ ਤੋਂ ਤੋਂ ਥਾਈ ਰਹਿਣਾ, ਸਪਿਓ ਦੀ ਇੱਥੇ ਰਹਿਣਾ, ਸਾਨੂੰ ਕਾਹੀ ਨੀ ਲੋੜ ਜਾਵਣ ਦੀ ਉਹਦੇ। ਨਹੀਂ ਅਬੂ ਮੈਂ ਜਾਣਾ ਹੈ। ਕਿਸ ਵਾਸਤੇ ਪੁੱਤ ਜਾਣਾ? ਉੱਥੇ ਜਾ ਬੇਇੱਜ਼ਤੀ ਕਰਾਉਣੀ ਨੇ, ਮੈਂ ਆਪਣੀ ਧੀ ਨੂੰ ਭੂਏ ਤੈਨੂੰ ਲੱਗਣ ਦੇਣਾ ਕਤਰੀ ਵੀ। ਬੇਦਾਨਤਾ ਜਿਹਾ ਬੰਦਾ ਹੈ, ਬੇਇੱਜ਼ਤੀ ਕਰ ਲਈ ਸੀਗੀ ਆ, ਤੋਂ ਇੱਥੇ ਮੇਰੇ ਕੋਲ ਰਹਿਣਾ। ਜੇ ਉਸ ਜਾਮਣ ਵਾਲਾ ਤਾਂ ਮੈਂ ਉਹਦਾ ਮੂੰਹ ਵੇਖ ਸਕਦੀ ਕਿਵੇਂ ਉਹਦਾ ਜਾਂਦੀ ਹੈ ਅਤੇ ਮੁੜ ਕਿਹੜੀ ਸੋਹਣੀ ਉਹ ਦੁਬਾਨ ਕੇ ਤੁਰੇ ਆਉਂਦੀ ਹੈ, ਬਲਕਿ ਉਹਨੂੰ ਮੈਂ ਆਖਣਾ ਵੀ ਕਾਹਦੀ ਲੋੜ ਜਾਵਣ ਦੀ। ਹਾਂ ਮੇਰਾ ਪੁੱਤ ਜਿਹੜਾ ਨਾ, ਜਿੱਤਾਂ ਜਿੱਤਾਂ ਤੇ ਕੋਈ ਇੱਜ਼ਤ ਨਾ ਕਰੇ ਨਾ, ਉੱਤਾਂ ਤੇ ਉਹਦੇ ਨਹੀਂ ਗੱਲਾਂ ਪਈਆਂ ਹੁੰਦੀਆਂ, ਪਰੇੜੇ ਹੋਵੇ ਫਿਰ ਦੀਦੀਆਂ ਗੱਲਾਂ ਆਉਂਦੀਆਂ ਪਈਆਂ। ਹੋਰ ਅਸਾਂ ਕਿਹੜਾ ਤੁਹਾਡੇ ਚੋਖੇ ਗਿਲੇ ਕਰਨੇ ਨਾ? ਹਾਂ ਨਹੀਂ ਨਹੀਂ ਅਸੀਂ ਗਿਲੇ ਸਾਰੀ ਉਮਰ ਕਰਨੇ ਆ ਪਿਓ ਦੀ ਰਲ ਕੇ ਤੁਹਾਡੇ। ਮੈਂ ਆਖਿਆ ਹੁਣ ਤੁਸੀਂ ਗਿਲੇ ਕਾ ਕਰਦੇ ਹੋ, ਅੰਦਾ ਪੁੱਛਿਆ ਤਾਂ ਹੀ ਬਈ ਕੀ ਗੱਲਾਂ ਹੁੰਦੀਆਂ ਪਈਆਂ। ਮੈਂ ਤਾਂ ਪੁੱਛਿਆ ਵੇ ਕੀ ਪਿਓ ਦੇ ਦੀਆਂ ਗੱਲਾਂ ਪਈਆਂ ਦੀਆਂ ਜੇ ਸਲਾਹ ਪਈਆਂ ਹੁੰਦੀਆਂ ਨਾ? ਨਹੀਂ ਨਹੀਂ ਸਾਡੀ ਸਲਾਹ ਕਿਹੜੀ, ਤੇਰੇ ਨਾਲ ਸਲਾਹ ਹੋਣੀ ਹੋਈ ਆ ਤੇ ਤੂੰ ਖੈਰ ਨਾ ਮੋਲਾ ਬਣਾਇਆ ਕਦੀ ਮੋਟਾ, ਤੂੰ ਧੋਣੇ ਆਪਣੇ ਕੱਪੜੇ ਧੋਏ ਹੁੰਦੇ, ਆ ਚਾਦਰ ਉਹ ਤੋਂ ਵੀ ਛਬੋਕੀ ਆ ਵੇਖ ਆ ਸਿਰਾਣੇ ਪੈ ਬਰਬਾਦ ਪਈ। ਉਹ ਤਾਂ ਦੋ ਕਲਾ ਅੰਨੀ ਆ, ਪਤਾ ਨਹੀਂ ਹੋਣੇ ਕਿਵੇਂ ਰਹਿ ਗਈ, ਨਹੀਂ ਵਿਦਿਆਨੀ ਜੇ ਵੇਖੀ ਤੇ ਤਾਂ ਹੀ ਰਹਿ ਗਈ। ਤੇਰੇ ਕੱਪੜੇ ਆਈ ਤਾਂ ਨਹੀਂ ਰਹਿ ਗਿਆ, ਇੱਕ ਸੂਟ ਵੀ ਨਹੀਂ ਰਹਿ ਗਿਆ, ਸਾਰੇ ਧੋਪ ਕੇ ਆ ਜਾਂਦੇ, ਆ ਮਾ ਛੇੜ ਦੇ ਹੁੰਦੇ, ਉਹ ਧੋਤੇ ਹੋਏ ਹੁੰਦੇ, ਉਹ ਤੈਨੂੰ ਪੁੱਤ ਬਹੁ ਪਿਆਰਾ। ਹੁਣ ਛੋਰ ਛਾਰ ਹੈ ਉਸ ਬਾਹਰ ਨਿਕਲਣ ਹੁੰਦਾ, ਉਹਦੇ ਤਾਂ ਮੈਂ ਧੋਣੇ ਹੁੰਦੇ। ਚੰਗੀ ਗੱਲ ਹੈ, ਬੇਲੀਆਂ ਚ ਗੱਲਾਂ ਨਾ ਲੜੋ, ਧੋਪ ਜਾਸੀ ਉਹ ਵੀ। ਮੈਨੂੰ ਪਤਾ ਹੈ ਮੇਰੀ ਦੀ ਬਈ ਕੀ ਨਹੀਂ, ਮੈਂ ਕਰ ਲਈ ਜਾਣਾ, ਮੈਂ ਮਲੰਗੇ ਕਿਆਲ ਸ਼ਾਦੀ ਤੇ ਉਹਦਾ ਵਿਰਾਲ। ਹਾਂ ਪੱਚੀ ਕਾਈ ਨੂੰ ਹੁੰਦੀ ਪਈ, ਉਹਨਾਂ ਦਾ ਨਾਂ ਲੈਣ ਲੱਗੇ ਕਿਉਂ? ਹੈ ਪੱਚੀ ਆਈ ਮੋੜੇ ਦੇ ਕਿਹੜੀ ਗੱਲ, ਕਿਹੜੇ ਸੰਗ ਕੇ ਜਾਵਾਂ ਫਲਾ ਉਹਦੇ ਆ ਤੇ ਵਿਰਾ ਨਹੀਂ, ਉਹ ਸਿਰਫ ਵਿਰਾ ਹੈ। ਉਸ ਕਦੀ ਆਈ ਤੇ ਫੇਰਾ ਮਾਰਿਆ ਤੇਰੇ ਬੂਵੇ ਆ, ਕਦੀ ਈਦ ਤੇ ਬਕਰੀਦ ਤੇ ਕੋਈ ਦੁੱਖ ਸੁੱਖ ਤੇ, ਕਦੀ ਕੋਈ ਉਸ ਚੱਕਰ ਲਾ ਕੇ ਪਤਾ ਕੀਤਾ ਮੇਰੀ ਭੈਣ ਜਿੰਦੀ ਹੈ ਕਿ ਮਰ ਗਈ ਹੋਈ ਹੈ? ਉਹ ਨਾ ਮਾਰੇ ਫੇਰਾ ਵਿਰਾ ਬਾਵਾਂ ਦੇ ਜੁੰਦੇ ਨੋ ਤੇ ਬਹਿਣਾ ਦਾ ਤੇ ਮੋੜ ਵੀ ਦੇਲ ਕਰ ਪੁੰਦਾ। ਮੇਰੀ ਹੁਣ ਬਤਰੀ ਦੀ ਸ਼ਾਦੀ ਹੈ ਤੇ ਮੈਂ ਨਾ ਜਾਵਾਂ ਵਿਰਾ ਬਾਵੇਂ ਬੇ ਬੇ ਕੇ ਮੂੰਹ ਤੇ ਮਾਰੇਣ, ਹਟ ਕੇ ਮੇਰਾ ਵਿਰਾ ਹੈ, ਮੇਰਾ ਵਿਰਾ ਹੈ। ਉਹ ਜਾਣੇ ਖੈ ਕਾਇ ਨੇ ਲੋੜ ਜਾਵਣ ਦੀ, ਐਵੇਂ ਬਿਸਤੀ ਨਾ ਕਰਾਈ ਕਰੋ ਤੇ ਜਾ ਕੇ ਤੇ ਨਾ ਜਾਵੀਂ। ਤੇ ਕੋਈ ਨਹੀਂ ਸ਼ੁਕਰ ਨਹੀਂ ਹੁਣ ਫੇਰ ਦੀ ਸ਼ਾਦੀ ਤੇ ਹੱਕ ਤਾਂ ਬਣਦਾ ਨਾ, ਅਗਲੇ ਪੁੱਛਣਾ ਵੀ ਫੁੱਫੀ ਕਿਹਾ ਉਹ ਨਹੀਂ ਆਈ ਤੇ ਮੋੜ ਹੁਣ ਮੈਂ ਨਾ ਜਾਵਾਂ। ਬਣੇ ਜਾਂ ਬਿਮਾਰ ਰਹੀ ਸੋ ਕਦੀ ਉਸ ਆ ਕੇ ਪੁੱਛਿਆ? ਔਲਾਦ ਆਪਣੇ ਆਪਣੇ ਸਾਹਮਣੇ ਹਰ ਬੰਦੇ ਨੂੰ ਪਿਆਰੀ ਹੁੰਦੀ ਹੈ, ਜੇ ਉਹ ਦੀ ਦੀ ਸ਼ਾਦੀ ਕਰਦਾ ਪਿਆ, ਕੋਈ ਅਨੋਖਾ ਕੰਮ ਕੋਈ ਨੀ ਕਰਦਾ ਪਿਆ। ਖੈਰ ਮੈਂ ਆ ਰਿਹਾ, ਕੱਲ ਨੂੰ ਸਾਡੇ ਨਾਲ ਨਾ ਆਵੇ। ਖੈਰ ਮੈਂ ਆ ਰਿਹਾ, ਕੁਝ ਨਹੀਂ ਹੁੰਦਾ ਮੈਂ ਜਾਵਣ ਦੇ ਤੇ ਮੈਂ ਜਾ ਟੋ ਕਿਉ ਰਾਜ ਆ ਸਮਾਂ ਕੀ ਉੱਥੇ ਵੀ ਹੋ ਲਾ ਅੱਬੂ ਅੰਮੀ ਜਾਵਣ ਦੇ ਜਿਹੜਾ ਕੋਈ ਹੋਇਆ ਮੁੜ ਆਪੇ ਸੁਣ ਸਣ ਕੇ ਆ ਜਾਸੀ ਦੇ ਸੁਣਨੀ ਆ ਮੁੜ ਮੈਂ ਉੱਥੇ ਕਿਹੜੀਆਂ, ਉਹ ਸਾਨੂੰ ਇੱਥੇ ਪਤਾ ਹੈ ਜਿਹੜਾ ਕੋਈ ਉੱਥੇ ਨੂੰ ਸੁਣਾਵਣਾ ਹੈ। ਹਾਂ ਮਨੇ ਮਿਲਾਤਰੀ ਹੋਣੀ ਹੁਣ ਕੋਈ ਨਹੀਂ ਸ਼ਰਮ ਆਉਣਾ ਵੀ ਉਹ ਜਾਣ ਮੇਰੀ ਭੈਣ ਆ ਕੇ ਤੋਸ ਮੈਂ ਸੁਣਾਉਣੀਆਂ ਨੇ ਉੱਥੇ ਗੱਲਾਂ, ਦੀ ਦੀ ਸ਼ਾਦੀ ਪਿਆ ਕਰਦਾ ਤੋ ਉੱਥੇ ਬਿਲਾਦਰੀ ਗੱਲਾਂ ਸੁਣਾਵੇਂ। ਚਲੋ ਬਹਰਾਲ ਮੈਂ ਇੱਥੇ ਨੂੰ ਕੋਈ ਨੂੰ ਜਾਵਣ ਜਾਣਾ ਤੇ ਤੋ ਜਾਵਣਾ ਨਾ ਜਾ ਕੇ ਇੱਕ ਵਾਰੀ ਵੇਖ, ਮੈਨੂੰ ਹੱਟ ਕੇ ਉਲਾ ਮਨ ਤੇ ਵੀ ਕਿ ਮੈਂ ਨਾ ਇਹ ਗੱਲਾਂ ਫਿਰਾ ਕੀਤੀਆਂ ਤੇ ਮੈਂ ਹੁਣ ਦੱਸਦਾ ਪਿਆ। ਉਲਾ ਮਨ ਹੀ ਮੁੰਦੇ ਦੀ ਤੇ ਮੈਨੂੰ ਛੱਡਤਾ ਨਾ ਲੇਟ ਹੋਈ ਖਲ। ਮੈਂ ਨਾ ਹੁਣ ਜਾਵਣਾ ਉੱਥੋਂ ਟਾਈਮ ਹੀ ਦਿਲ ਕਰੀ ਤਾਂ ਵਗ ਜਾਣੇ ਤੇ ਮੁੱਢੂ ਨਾ ਜਾ। ਉਹਦਾ ਸ਼ਾਹ ਜਾਂਦੀ ਹੈ ਕਾਇਨਾਤ, ਮੈਂ ਕਿਵੇਂ ਵਗ ਜਾ? ਤੁਰ ਕੇ ਜਾਓ, ਤੁਰ ਕੇ ਜਾ, ਮੈਂ ਟੁੱਟਰਿੰਦਾ ਇਤਨਾ। ਵਿਰਾਲ ਤਿਆਰ ਹੋਈ ਖੋਤੀ ਏ, ਮੈਂ ਇੱਕ ਵਾਰੀ ਜਾਵਣਾ ਵਿਰਾਲ ਫੇਰਾ ਮਾਰਨਾ, ਮੇਰੀ ਬਤਰੀ ਦੀ ਸ਼ਾਦੀ ਏ, ਬਹੁ ਪੁੱਤ ਗੱਲਾਂ ਕੀ ਅੱਜ ਇਤਬਾਨ ਦੇ ਵਿਰਾਲ ਨੂੰ ਬਹੁ ਪੁੱਤ ਤੂੰ ਬੈਠੀ ਰਹਾ, ਤੂੰ ਵੀ ਕਮਲੀ ਤੂੰ ਬੈਠੀ ਰਹਾ ਤੇ ਵਿਰਾਲ ਤੇ ਅੱਬਾ ਜਾਵਣ ਦੇ ਉਸ ਤੇ ਮੈਂ ਆਖਿਆ ਮੈਂ ਕਹਾ ਵਗ ਜਾਵੇ ਕਿ ਮੈਨੂੰ ਛੱਡ ਆ
ਮੈਂ ਇਤਨਾ ਕਿਤੇ ਨੀ ਜਾਣਾ ਚਾਹੀਦਾ, ਪਤਾ ਨੀ ਤੇਰਾ ਕੀ ਦਿਲ ਹੈ, ਮੁੜ ਵੀ ਉਹਦੀ ਵਾਸਤੇ ਨਰਮ ਹੋ ਖਲੋਂਦੇ ਹੁੰਦਾ ਨਹੀਂ ਹੁੰਦਾ ਬਈ ਉਹ ਵਿਰਾਹ ਹੋ ਕੇ ਨਾ ਬਕਰੀਦ ਤੇ ਆਇਆ ਨਾ ਨਿੱਕੀ ਈਦ ਤੇ ਆਇਆ ਨਾ ਤੇਰੇ ਦੁੱਖ ਸੁੱਖ ਤੇ ਆਇਆ, ਤੇਰੀ ਧੀ ਬਿਮਾਰ ਰਹੀ ਹੈ, ਇਸ ਤੂੰ ਉੱਤੇ ਕਾਸ਼ਾ ਹੈ ਮੈਨੂੰ ਦੋ ਵਾਰੀ ਬਾਣਾ ਟਕਰਿਆ ਅੱਡੇ ਉੱਤੇ, ਅਸੀਂ ਮੈਂ ਆਉਂਦਾ ਪਿਆ ਅੱਗੋਂ ਘੋੜਾ ਮੂੰਹ ਵੱਟ ਕੇ ਅਸੀਂ ਪਾਸਾ ਦੇ ਕੇ ਲੱਗ ਗਿਆ, ਜਦੋਂ ਸਾਨੂੰ ਬੁਲਾਇਆ ਕਦੀ ਨਹੀਂ ਮੈਂ ਦਿਲ ਕਰੋਸਤ ਵਗ ਜਾਵੇ, ਮੈਨੂੰ ਪਤਾ ਨਹੀਂ ਇਹ ਮੋਰ ਤਕਲੀਫ ਮੈਨੂੰ ਹੀ ਬਰਦਾਸ਼ਤ ਕਰਨੀ ਪਊਗੀ, ਇਸ ਟਾਈਮ ਦੀਆਂ ਗੱਲਾਂ ਕਰਦਾ ਰਹਿਣਾ ਬਿਨਾ ਛੱਡੇ ਉਸ ਸਾਥ ਨਾ ਟੰਗੀ ਸੀ, ਮੈਂ ਛੋੜ ਇਮਨਾ ਮੈਂ ਮੋਰ ਛੋੜ ਇਮਨਾ, ਬੂਹੇ ਤੋਂ ਬਾਹਰ ਲਾਵੀ ਇਹਨੂੰ ਅਗਰ ਘਰ ਕੋਈ ਨਾ ਵੜੇਗਾ ਪਤਾ ਹੀ ਬਨ ਪਵੰਦੀਆਂ ਗੱਲਾਂ ਕਰੰਦਾ ਆਇਓ, ਨਹੀਂ ਇਹ ਬਾਉਣ ਮੋੜ ਉੱਥੇ ਵਗ ਜਾਵੇ ਬੰਦਾ ਤੋਂ ਮੋੜ ਅਗਾ ਜਾਵਣ ਨਾਲ ਕੋਈ ਨਹੀਂ, ਜਿਹੜੀ ਕੀਤੀ ਉਸ ਮੋੜੋ ਸੋਣ ਲਈ ਸਾਰੇ ਐਡਾ ਵੀ ਕੋਈ ਨਹੀਂ ਪਾਗਲ ਵੀ ਉਹ ਜਾਂਦੇ ਉਹ ਸੋਟਾ ਚੇਕ ਲੈਣਾ ਵੀ ਹੋਰਾ ਕਿਉਂ ਆ ਗਈ, ਚਲੋ ਆਪਣੇ ਆਫਤ ਚ ਵਾਧਾ ਹੋਇਆ ਗੱਲ ਕੋਈ ਨੀ, ਸੱਚੀ ਗੱਲ ਕਰਦੇ ਪਏ ਹੋ, ਬਹਰਾ ਲਾਉਂਦਾ ਜੋ ਨਹੀਂ ਦਿਲ ਪਿਆ ਮੁਤਮੈਨ ਹੁੰਦਾ ਤੇ ਮੈਂ ਹੀ ਵਾਗ ਜਾ ਦਿਲ ਮੁਤਮੈਨ ਕਰ ਅਮਨਾ, ਕੀ ਬਾਤ ਹੈ ਕੀ ਬਾਤ ਹੈ, ਅਕੇ ਉਹ ਲਾਈ ਨਹੀਂ ਜਾਂਦੇ ਤੇ ਮੈਂ ਮੋਹਲੇ ਤੇ ਚੜਦੀ ਆ, ਉਹ ਨਾ ਤੈਨੂੰ ਬੁਲਾਇਆ ਨਹੀਂ ਹੁਣ ਤਾਈ ਤੇ ਮੈਂ ਕਿ ਜਾਮਣਾ ਬਿਰਾਲ ਮੇਰੀ ਬਤਰੀ ਦੀ ਸ਼ਾਦੀ, ਮੇਰਾ ਮੇਰੇ ਕੋਲ ਨਹੀਂ ਨਾ ਰਵਿੰਦਾ ਪਿਆ ਸਾਰੀ ਬਿਲਾਦਰੀ ਹੁੰਦਾ ਤੇ ਮੇਰਾ ਵੀ ਦਿਲ ਕਰਦਾ ਵੀ ਜਾ 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 ਜਾ, ਹਾਂ ਨਹੀਂ ਨਿਕਲ ਮੈਂ ਸਕੂਟਰ ਕਿਤੇ ਗਤੇ ਨਹੀਂ ਸ਼ਾਪੁਰ ਛੋਰੇ ਲੈ ਲੈ ਹੁਣ ਛੇ ਤੇ ਸ਼ਾਪੁਰ ਵੀ ਲਾ ਛੱਡ ਛਾਪਾ ਲੁਕਾਈਂਦੀ ਉਹਦੀ ਛੇਰ ਲੁਕਾਈ ਹਲਾ ਚੰਗਾ ਪੋਤਰ ਪਿੱਛ ਧਿਆਨ ਨਾ ਰਵੀ ਤੇ ਗਾ ਰੋਟੀ ਰੋਟੀ ਬਣਾ ਦੇਵੀ ਪਿਓ ਵਿਰਾ ਨੂੰ ਮੈਂ ਬੜਾ ਜੱਸਾ, ਹਾਂ ਅੱਲਾ ਨੂੰ ਸੌਪੀ ਹੈ, ਹਾਂ ਜਿੱਦਾਂ ਪਾ ਲਈ ਜਿੱਦਾਂ ਪਾ ਲਈ ਉਹ ਜਿੱਦਾਂ ਦਾ ਪਾ ਲੋ ਕੇ ਤੂੰ ਤਾਂ ਨਹੀਂ ਖੱਪਦਾ, ਅੱਛਾ ਰਾ ਟੋਨ ਕਰੀ ਹੋ ਰਾ ਠੀਕ ਹੈ, ਹਾਂ ਮੇਰਾ ਪੁੱਤ ਇਹਨੇ ਕਰੋ ਚਾਹ ਦਾ ਘੋਟ ਵਿੱਚ ਪਕਾ ਤੇ ਅੱਜ ਬਿਜਲੀ ਆ ਜਾਵੇਗਾ, ਅੰਦਰ ਬਾਹਰ ਪਰ ਜਾਵਾਂ ਤੇ ਨਾ ਵੇ ਦੱਸ ਕੀ ਕਰੇ ਤੇ ਤੂੰ ਹੀ ਕਰਨਾ ਨਾ ਮਰਾ ਤੇ ਤੂੰ ਹੀ ਹੈ ਨਾ, ਆ ਤੇ ਹੁੰਦਾ ਨਹੀਂ ਪਿਆ ਕਰਿੰਦੇ ਪਏ ਆ, ਅਬ ਇਹਨ ਦੱਸ ਉਧਰ ਪੈਣ ਵਾਲੇ ਸੁਨਿਆ ਗੱਲ ਇੱਕ ਕੋਈ ਨਾ, ਉਹ ਭਰਾ ਮਗਰੂਲ ਹੈ ਆਪੇ ਆ ਗੱਲ ਹੋਇਆ ਨਾ ਇਸ ਦੇ ਆ ਗਏ ਤੇ ਠੀਕ ਹੈ ਨਹੀਂ ਤਾਂ ਮਗਰੂਲ ਹੈ, ਕਿਵੇਂ ਪਿਆ ਨਾ ਤੇਰੀ ਭੈਣ ਹੈ ਤੇ ਤੂੰ ਪਿਆ ਨਾ ਮਗਰੂਲ, ਜੋ ਭੈਣ ਨੂੰ ਛੱਡ ਕੇ ਚਾ ਲਵਾਂ ਅਖੇ ਭੈਣ ਆਪੇ ਆ ਜਾ, ਪਤਾ ਨਹੀਂ ਭੈਣਾਂ ਨਾਲ ਕਿਉਂ ਇਹਨਾਂ ਦੇ
40 lakh ਰੁਪਇਆ ਗਰੀਬ ਬੰਦਾ ਮੈਂ ਪਤਾ ਨੀ ਅੱਗੇ ਮੱਥੇ ਪੂਰੀ ਕੀਤੀ ਸ਼ਿਕਾਰ ਕੋਈ ਨੀ ਅਗਰ ਤੂੰ ਬਹਿ ਕੇ ਪਿਓ ਦੀ ਗੱਲ ਸੁਣੀ ਮਾਮਾ ਸੱਚੀਆਂ ਨਾ ਕਰਵਾ ਅਗਰ ਸੱਚੀਆਂ ਹੋਵੇ ਲੱਗ ਗਈਆਂ ਤਾਂ ਮੁੜ ਤੋਂ ਇੱਥੇ ਸਾਨੂੰ ਬਹਾ ਨੀ ਕੋਈ ਦੇਣਾ ਇਹ ਸਾਰੇ ਕਾਰਨਾਮੇ ਮਾਮਾ ਤੇਰੇ ਆਪਣੇ ਨਾ ਆਪਣੀਆਂ ਗੱਲਾਂ ਜਿੱਥੇ ਚਾਰ ਛਿੱਲਾਂ ਲੱਗਣੇ ਹੋਏ ਨਾ ਉੱਥੇ ਤੈਨੂੰ ਮਾਮਾ ਗਹਿਰਾ ਜਿੱਥੇ ਤੈਨੂੰ ਪਤਾ ਹੋਏ ਨਾ ਇੱਥੋਂ ਕਛ ਬਚਾ ਤੇ ਮੈਨੂੰ ਉੱਥੇ ਤੂੰ ਗੈਰਤ ਵੀ ਕਾਵੇੜ ਵੀ ਸਾਰੀਆਂ ਲੜਾਈਆਂ ਤੂੰ ਭਰਾਂ ਕਰ ਛੱਡਦਾ ਮੁੜ ਭੂ ਕਹਿੰਦਾ ਸਾਰੀ ਗੱਲਾਂ ਕੋ ਤੂੰ ਆ ਜਾਣਾ ਮੈਂ ਕਿਸੇ ਦਿਨ ਤੇਰੇ ਮੂੰਹ ਤੇ ਚਾਟ ਮਾਰਨੀ ਤਈਓ ਮਾਰ ਲਾ ਮੈਂ ਦੋ ਚੰਗਾਈ ਹੁਣ ਭਾਨ ਬੂਏ ਤੇ ਆਈ ਬੈਠੀ ਏ ਧੀ ਦਾ ਕੰਮ ਸੁਬਾ ਸ਼ਾਦੀ ਏ ਸੁਬਾ ਸ਼ਾਦੀ ਏ ਤੇ ਧੀ ਦੀ ਗੱਲ ਹੀ ਤੇ ਕੋ ਆਰਾਮ ਨਾਲ ਇਹ ਠੰਡਾ ਪਾਓ ਇਹ ਗੱਲ ਹੋ ਮੈਨੇ ਸੇ ਤੂੰ ਨਾ ਆਵਣ ਦਿੰਦਾ ਤੇ ਮੈਂ ਕਹ ਬਿਲਾਦਰੀ ਹੁੰਦੇ ਬੂਏ ਤੇ ਐਡਾ ਵੀ ਕੋਈ ਨਹੀਂ ਅਸੀਂ ਵਾਕਿਆ ਹੀ ਗੰਦੇ ਆ ਤੇਰੀ ਨਜ਼ਰਾਂ ਚ ਨਾ ਅਸੀਂ ਗੰਦੇ ਹੀ ਆ ਅਸੀਂ ਚੰਗੇ ਕਦੀ ਵੀ ਨਹੀਂ ਬਣ ਸਕਦੇ ਤੇਰੀ ਨਜ਼ਰਾਂ ਚ ਨਹੀਂ ਤੁਸੀਂ ਨਾ ਲੜੋ ਕੋਈ ਜਾਂ ਮੇਰੀ ਧੀ ਦਾ ਨਹੀਂ ਚੰਗਾ ਸੋਚ ਰਹੇ ਉਹ ਮੇਰਾ
ਭਾਈ ਕੁਝ ਨਾ ਲੱਗਦਾ। ਉਹ ਜੀ ਤੁਹਾਡੀ ਤੱਕ ਹੀ ਨਹੀਂ ਪਈ, ਤੁਸੀਂ ਆਪ ਮਾੜੀਆਂ ਤੇ ਉੱਚੇ ਕੋਠੀਆਂ ਤੇ ਬੰਗਲੇ ਵੇਖੇ ਨੇ ਜੀ, ਅਸੀਂ ਕੀ ਕਰੀਏ ਜੀ। ਮੈਂ ਤਾਂ ਕਿਤਨੀ ਵਾਰ ਤੇਰੇ ਤਰਲੇ ਕੀਤੇ ਨਾ, ਤੂੰ ਆਖਿਆ ਨਹੀਂ ਉਹਨਾਂ ਦੀ ਅੱਤਾਂ ਨਹੀਂ। ਉਹ ਤੇ ਪੈਰਾਂ ਤੇ ਨੀਂਦੀ ਲਾਂਦੀ ਆ ਉਹ ਜਿਹੜਾ ਬੈਠਾ, ਤੇ ਮੈਂ ਜੋ ਆ ਗਈ ਆ। ਤੂੰ ਆ ਕੇ, ਤੂੰ ਮੇਰੀ ਭੈਣ ਹੈ। ਅਮੀ ਮੈਂ ਉੱਡ ਜਾਉ ਕੋਈ ਨੂੰ, ਮੈਂ ਹੀ ਤਹੀਂ ਆ। ਮੇਰੇ ਨਾਲ ਕਰਦੇ ਪੈਣ ਤੇ ਮੈਂ ਕਿ ਨਹੀਂ ਹੋਣਾ ਇੰਜ ਕਰੇ ਨਾ, ਉਹਦੀ ਦੀਦੀ ਸ਼ਾਦੀ ਮੇਰੀ ਭੈਣ ਹੋ ਜਾਂਦਾ। ਕੀ ਦੱਸਾਂ ਇਸ ਬੰਦੇ ਦਾ ਮੂਡ, ਸਵੇਰ ਦਾ ਕੋਈ ਬਿਨਾ ਮੂੰਹ ਬਣਾ ਕੇ ਬੈਠਾ ਹੋਇਆ। ਮੈਂ ਬੁਲਾਈਨੀ ਆ ਤਾਂ ਮੈਨੂੰ ਵੀ ਅੱਗੋਂ ਇੰਜ ਗੱਲ ਕਰਿਆ ਜਾਂਦੀ ਹੈ, ਮੈਂ ਇਹਦੀ ਵੱਡੀ ਦੁਸ਼ਮਣ। ਇਹ ਲੜਾਈਆਂ ਛੱਡੋ ਜੀ, ਜਿਹੜਾ ਕੋ ਕੰਮ ਦੰਦਾ ਪਿਆ ਹੈ। ਸਾਦੀਆ ਕੀ ਦੇ ਆਈ, ਸਾਦੀਆ ਹੀ ਥਾਈ ਵਧੀ ਹੋਈ ਸਾਦੀਆ। ਬਾਹਰ ਕਿਦੇ ਇੰਦੇ ਹੀ ਜਾਂਦੀ ਪਈ ਆ ਪਰ ਹੰਗਾਰ ਕੇ ਪਤਾ ਨਹੀਂ ਉਹਦੇ ਮੁੜ ਗਈ ਹੁਣੀ ਕੱਪੜੇ ਛਪੜੇ ਹੁਣ ਨਾ ਘਰੋਂ ਕੱਢਿਆ ਕਰ ਦਈਆਂ ਦੀ ਮਾਈਆਂ ਬੜੀ ਜਾਂ ਤਾਂ ਇਹਨੂੰ ਨਹੀਂ ਡੱਕਿਆ ਵਿਛੋਰੇ ਨਾ ਨਿਕਲਿਆ। ਸਵੇਰੇ ਬਰਾਤ ਕੀ ਟਾਈਮ ਆਉਣੀ ਹੈ, ਪਹਿਲੇ ਰੋਟੀ ਖਵਾ ਕੇ ਤੇ ਬਾਅਦ ਚ ਆਉਣੀ ਹੈ ਜਾਂ ਪਹਿਲੇ? ਨਹੀਂ ਨਹੀਂ ਰੋਟੀ ਖਵਾ ਕੇ ਨਾ, ਥੋੜੀ ਬਰਾਤ ਆਉਣੀ ਹੈ ਇੱਥੇ। ਚਲੋ ਠੀਕ ਹੈ ਜੀ ਆ। ਮੰਮੀ ਮੈਂ ਬਾਹਰ ਰੋ ਲਵਾਂ ਜਾ ਕੇ। ਚਲੋ ਹੋ ਯਾਰ ਤੇ ਮੋੜ ਗਾਲ ਨਾ ਜਾਵੇਂ, ਮੈਂ ਇੱਥੇ ਦੱਸ ਕੇ ਜਾਣੀ ਆ। ਮੈਂ ਮੋੜੇ ਇੱਥੇ ਨਾ ਵੇਂਦੀ ਰਵਾਂ। ਠੀਕ ਮੈਨੂੰ ਪਤਾ ਮੈਂ ਆਈ ਕਰਨਾ ਅੱਬੇ ਮੰਜਾ ਆਈ ਨਾ ਕੰਮਾ ਕਾਣ। ਪੁੱਤਰ ਤੂੰ ਵੱਡਾ ਹੋ ਗਿਆ, ਤੂੰ ਆ ਹੁਣ ਕਰ ਲੈ, ਤੂੰ ਸਮਝਦਾਰ ਹੋ ਗਿਆ। ਹੁਣ ਮੈਂ ਕੋਈ ਗੱਲ ਕਰਾਂ ਨਾ, ਨਹੀਂ ਪੁੱਤਰ ਉਹ ਜੀ ਤੂੰ ਬਾਲ ਇਹਨਾਂ ਕੰਮਾਂ ਕਰਨ ਮੈਂ ਵੱਡਾ। ਪੱਠੇ ਪਾ, ਬੱਕਰੀਆਂ ਨੂੰ ਪਾਣੀ ਪਿਵਾ, ਬੱਕਰੀਆਂ ਨੂੰ ਉਦੇ ਬਣ ਇੱਦੇ ਬਣ, ਮੈਂ ਕਿਸੇ ਦੇ ਮੂੰਹ ਕਰ ਜਾਣੇ ਪਿਓ। ਹੁਣ ਤੂੰ ਸੁਟਦਾ ਰਵੀ ਆਪਣਾ ਲਾਡਲਾ ਪੋਤਰੋ, ਵੇਂਦਾ ਰਵੀ ਮੋੜੋ। ਕੋਈ ਨੀ ਕਿਸਮਤ ਮੇਰੀ ਕਿਸਮਤ ਯਾ ਨਸੀਬ। ਰਾਜ ਗਿਆ ਕਿ ਹੋਰ ਗਤਾਂ ਵੇਂਦਾ ਵੇਗੀ ਮੁਕਮਰਾਂ ਤੇ ਮਦਾਲੂ ਪੇਸਟਾਂ ਤੇ ਗੱਲ ਦੇ ਕਵਲ ਨਾ ਚੜਾਈ ਕਰ ਮੇਰੇ ਮੇਰੇ ਅੱਗੂ ਮੇਰਾ ਹਰ ਹੁਕਮ ਮੰਨਿਆ ਕਰ। ਮੇਰੇ ਅੱਗੂ ਕੀ ਖਪਦਾ ਪਿਆ ਸਮਝੈਂਦਾ ਪਿਆ, ਸਬਕ ਦੇਂਦਾ ਪਿਆ, ਤਮੀਜ਼ ਦੀ ਕੋਈ ਨਹੀਂ ਸੀ। ਖੰਜ਼ੀਰ ਦੇ ਬੱਚੇ ਅਜੇ ਤੂੰ ਤਿਆਰ ਕੋਨੂੰ ਹੋਇਆ? ਅੱਬਾ ਵੈਸੇ ਮੈਨੂੰ ਤਾਂ ਲੈ ਹੈ ਕੋਈ ਨਾ ਜਾਣਾ। ਬਾਬਾ ਤੇ ਗੱਲ ਦੱਸੋ ਨਾ ਸਾਨੂੰ ਕੱਲ ਦੀ ਸਾਦਾ। ਉਹ ਖੰਜ਼ੀਰ ਦਾ ਪੁੱਤਰ ਸੱਦੋ ਤਾਂ ਮੈਂ ਤੁਹਾਡਾ ਪੁੱਤ, ਕੁੱਤੇ ਦਾ ਪੁੱਤਰ ਸੱਦੋ ਮੈਂ ਤਾਂ ਤੁਹਾਡਾ ਪੁੱਤ, ਯਸੂਰ ਦਾ ਬੱਚਾ ਸੱਦੋ ਤਾਂ ਹੀ ਤੁਹਾਡਾ ਹੀ ਪੋਤਰਾ। ਮੋਰ ਕਹਿੰਦਾ ਹੋਣਾ ਕਿਸੜ ਚੁੱਪ ਵੀ ਕਰ ਗਿਆ ਕਰ, ਕਿਸੜ ਚੁੱਪ ਵੀ ਕਰ ਗਿਆ ਕਰ। ਅੱਬਾ ਇਹ ਤਾਂ ਮੇਰੀ ਕੀ ਗੱਲ, 24 ਘੰਟੇ ਤਾਂ ਹੀ ਨਾਤ ਹੋਇਆ ਉਹਨਾਂ ਤਾਂ ਹੁਣ ਕੋਈ ਨੂੰ ਤਿਆਰੀ ਕੀਤੀ ਬਦਲ ਤਾਂ ਮੇਰਾ ਹਾ। ਚਲੋ ਯਾਰ ਹੁਣੇ ਕਰ ਲੈਨੇ ਆ, ਹੁਣੇ ਤਿਆਰੀ ਕਰ। ਤਿਆਰੀ ਵੀ ਕਰ ਤੇ ਤੈਨੂੰ ਮੈਂ ਕਿਹੜੀ ਗੱਲ ਦੱਸਾਂ, ਜਿਹੜੀ ਮਰਜ਼ੀ ਦੱਸ। ਉਹ ਵੇਖ ਰਹਾ ਹੁਣ ਮਲੰਗੀ ਨਾ ਮੈਂ ਕਿਹੜਾ ਫੈੜਾ ਕੀਤਾ, ਕੁਝ ਵੀ ਨਹੀਂ ਤੁਸੀਂ ਸਹੀ ਹੋ। ਹਾਂ ਦੋ ਸਾਕ ਗਾਂਦੇ ਛੱਡਿਆ ਸੋ ਸਾਕ ਗੰਦੇ, ਹਾਂ ਤੂੰ ਤਾਂ ਮੇਰੇ ਕੱਲ ਲਊਗਾ ਉਹਦੀ ਕਿੱਥੇ ਉਮਰ ਮੇਰੀ ਕਿੱਥੇ ਉਮਰ। ਅੱਬਾ ਕੋ ਤੱਕ ਦਾ ਦਾ ਖਾਫ ਕਰੋ ਵੇਖ ਲਿਓ ਅੱਬਾ, ਉਹਨਾਂ ਦੀ ਕਮ ਅਜ ਕਮ ਵੀ 25 ਸਾਲ ਹੋਣੀ, ਮੇਰੀ ਅਜੇ 12-14 ਸਾਲ ਉਮਰ ਹੈ ਅੱਬਾ। ਵੇਲੇ ਨਾਲ ਨਿਕਾਹ ਦੀ ਸੋਚਣ ਲੱਗੀ, ਚਲੋ ਨਾਲ ਚ ਨਿਕਾਹ ਸੀ। ਤੇਰੀ ਗੱਲ ਕਾਂ ਕੀਤੀ ਹੋਰ ਕਹਿੰਦੀ ਹੋਈ ਲੈ ਕਿੱਡਾ ਕਾੜਾ ਹੋਈ ਕਹਿੰਦੀ, ਚੁੱਪ ਕਰ ਹੋਈ ਕਹਿੰਦੀ ਏ ਨਾ ਸੋਰ ਹੁੰਦੀ ਨਾ ਸਮਝ ਹੁੰਦੀ। ਅੱਛਾ ਅੱਬਾ ਮੈਂ ਹੁਣ ਸਮਝ ਗਿਆ, ਮੇਰੀ ਮਾਂ ਦੀ ਥੜ ਤੂੰ ਨੂੰ ਲੈ ਆਵਿਆ ਤੇ ਹੋਰ ਕੀ ਕਰਨਾ। ਇਹ ਤਾਂ ਮਨਾਇਆ ਵੇਖ ਸਕਦਾ ਅੱਬਾ, ਮੈਂ ਕੁਝ ਆਪਣੇ ਆਪ ਨੂੰ ਕਰ ਸਕਣਾ ਹਾਂ। ਮੈਂ ਤੇਰੇ ਨੇਤ ਕੱਪੜੇ ਨਹੀਂ ਧੋਪਦੇ, ਮੈਂ ਆਪਣੇ ਆਪ ਧੋ ਲੈਂਦਾ ਅੱਬਾ।
ਮੈਨੂੰ ਪਤਾ ਤੂੰ ਦੇਖਦੇ ਗੱਲ ਕਰਨੀ ਕਰਨੀ ਹੈ। ਉਹ ਇਹ ਗੱਲ ਮਨੀ ਪੈਂਦਾ ਮੇਰਾ ਤੂੰ ਪੁੱਤਰ ਹੈ ਮੈਨੂੰ ਤੇਰਾ ਮੈਨੂੰ ਪਤਾ ਮੈਨੂੰ ਤੇਰੇ ਕੰਮ ਕਰਨ ਨਾਲ ਕੋਈ ਵੀ ਨਹੀਂ ਹੈ ਲੇਕਿਨ ਇਹ ਗੱਲ ਦੰਮੀ ਸਾਰੇ ਗੁੱਲੀ ਪਕਾ ਦੇ ਵੀ ਆਇਆ ਹੈ ਸੋਹਣਾ ਰਵੀ ਆ ਮੈਨੂੰ ਵੀ ਆਂਦੀ ਆਂਦੀ ਤੂੰ ਮੰਮਾ ਕੇ ਜਾਨੂ ਕਾ ਬੇਟਾ ਮੈਨੂੰ ਮੀ ਇੱਕ ਵਾਰੀ ਆ ਕੇ ਆ ਰੋਟੀਆਂ ਪਕੇ ਦੇ ਬਾਹਰ ਜਿੱਡਾ ਸਾਡਾ ਹੱਥ ਹੈ ਹੈ ਅਸੀਂ ਵਿੱਚ ਵਧੇ ਹੁੰਨੇ ਦੋ ਕੁਝ ਵੀ ਨਹੀਂ ਹੁੰਦਾ ਤੁਹਾਡੀ ਨੋ ਆਣੀ ਹੈ ਬਸ ਗੱਲ ਖਤਮ ਜਲਦੀ ਕਰ ਨਾ ਮੈਂ ਵੀ ਕੱਪੜੇ ਵਟਾ ਲਵਾਂ ਆ ਨਾਲਾ ਮੇਰੇ ਕੱਪੜੇ ਚ ਵੀ ਗੱਤੀ ਅੱਛਾ ਕਰਾ ਛੋਰਾ ਸਿਰ ਤੋ ਬੜਾ ਕੋਈ ਤਾਂ ਮੈਨੂੰ ਸੁੱਖ ਦਿਓ ਤੁਸੀਂ ਆ ਗਯੋ ਹੁਣ ਤੇਰੇ ਕੱਲ ਤੱਕ ਤੂੰ ਅੱਜ ਆ ਗਯੋ ਕਰਮਾ ਲਈਏ ਚੁੱਪ ਕਰਕੇ ਬੈਠਾ ਰਹਿਣਾ ਤੇ ਤੂੰ ਕੁਝ ਸ਼ੇਰ ਨੂੰ ਕਪੜੇ ਢਿੱਲਾ ਤੂੰ ਪਵਾਈ ਉਸ ਉਹਨੂੰ ਕੋਈ ਨੀ ਪਤਾ ਇਹ ਗੱਲਾਂ ਮੇਰੇ ਕਰਨ ਦੀਆਂ ਹੈਲੋ ਸਲਾਮ ਵਾਲੇਕੁਮ ਸਲਾਮ ਚਾਚਾ ਕੀ ਹਾਲ ਹੈ ਠੀਕ ਠਾਕ ਮੈਂ ਪੁੱਛਣਾ ਸ਼ਾਦੀ ਤਿਆਰੀ ਸ਼ਾਰੀ ਤਾਂ ਨਹੀਂ ਕੀਤੀ ਖਲੇ ਫੈਲੇ ਜਾ ਹਾਂ ਮੇਰਾ ਪੁੱਤ ਕੀਤੀ ਬੈਠੇ ਆ ਤਿਆਰੀ ਹੈ ਚਾਚਾ ਗੱਲ ਕਰਨੀ ਆਈ ਇੱਕ ਹਾਂ ਕਰ ਮੇਰਾ ਪੁੱਤ ਗੱਲ ਚਾਚਾ ਸ਼ਾਦੀ ਮੈਂ ਤਾਂ ਕਰੇ ਸਾਂ ਜੇ ਇੱਕ ਗੱਡੀ ਤੁਸੀਂ ਲੈ ਕੇ ਦਿਓ ਤਾਂ ਪੁੱਤਰ ਮੈਂ ਤੇਰੇ ਪਿਓ ਨੂੰ ਗੱਲ ਕੀਤੀ ਹੈ ਤੇ ਗੱਡੀ ਕਾਹ ਦੀ ਮੋਟਰਸਾਈਕਲ ਇੱਕ ਆਏ ਨਹੀਂ ਮੋਟਰਸਾਈਕਲ ਦਾ ਮੈਂ ਬੇੜਾ ਬੋੜਨਾ ਪਏ ਮੈਂ ਮੋਟਰਸਾਈਕਲ ਤਾਂ ਮੇਰੇ ਤੇ ਪਹਿਲੇ ਵੀ ਆ ਹੁਣ ਇੰਜ ਨਾ ਕਰੋ ਮੇਰੇ ਬੂਹੇ ਤੇ ਪੁਰਾਣੇ ਬੈਠੇ ਹੋ ਚਾਚਾ ਮੈਂ ਜਿਹੜੀ ਗੱਲ ਆ ਸਿੱਧੀ ਤੈਨੂੰ ਕਰ ਛੱਡੀ ਹੈ ਜੇ ਗੱਡੀ ਲੈ ਕੇ ਦੇਂਦੇ ਹੋ ਤਾਂ ਠੀਕ ਹੈ ਹਾਂ ਨਹੀਂ ਤੇ ਮੇਰੇ ਹਾਲ ਮੁੜ ਜਵਾਬ ਹੀ ਨੇ ਉਹ ਗੱਲ ਤਾਂ ਸੁਣ ਆ ਮੋਟਰਸਾਈਕਲ ਲੈ ਲਾ ਤੂੰ ਮੁੜ ਗੱਡੀ ਦਾ ਇੱਕੋ ਕਰ ਲਈ ਸਾਂ ਬਾਅਦ ਹੀ ਤੁਸੀਂ ਬੋਲ ਬਦਲ ਜਾਣਾ ਤੁਹਾਨੂੰ ਪਤਾ ਹੋਣਾ ਮੇਰੀ ਦੀ ਤੁਹਾਨੂੰ ਵਸਦੀ ਪਈ ਹੈ ਹੁਣ ਕਿਹੜੀ ਲੋੜ ਹੈ ਤੁਹਾਨੂੰ ਚੰਗਾ ਵੇ ਪਹਿਲੇ ਲੈ ਕੇ ਦਿਓ ਤਾਂ ਮੈਂ ਬਰਾਤ ਲੈ ਕੇ ਆਉਂਦਾ ਨਹੀਂ ਤਾਂ ਸਾਡੇ ਵੱਲੋਂ ਜਵਾਬ ਹੀ ਨਹੀਂ ਓਏ ਇੰਜ ਨਾ ਖਾਰੋ ਥੋੜਾ ਹੈਲੋ ਉਹ ਹੈਲੋ ਹੈਲੋ ਓਏ ਆ ਵੇਖ ਨਾ ਮੋਬਾਈਲ ਕਿਉਂ ਬੰਦ ਹੋ ਗਿਆ ਕੀ ਹੋਇਆ ਕੀ ਨਹੀਂ ਕਾਲ ਕੱਟ ਗਿਆ ਮਾਮੂ ਇਹ ਦੱਸ ਉਸ ਦੀ ਲੈਣੀ ਹੈ ਤੇਰੇ ਕੋਲ ਜਾਂ ਕਾਰ ਨਾਲ ਨਿਕਾਹ ਕਰਨਾ ਹੈ ਤੂੰ ਉਸ ਘਟੀਆ ਇਨਸਾਨ ਨੂੰ ਇਹ ਕੋਈ ਨੀ ਪਤਾ ਵੀ ਤੂੰ ਚੰਨਾ ਵਰਗੀ ਧੀ ਦਿੰਦਾ ਪਿਆ ਹੈ
ਮੇਰਾ ਪੁੱਤਰ ਕੌਣ ਸੁਚੇਤਾ ਜੀ, ਇਹ ਬੰਦਾ ਕਿਹੜਾ ਸੁਚੇਤਾ ਜੀ ਅੱਜ ਕੱਲ੍ਹ? ਬਿਲਾਦਰੀ ਮਲੰਗੀ ਕਿਉਂ ਹੁਣ ਕਿਉਂ ਰੋਂਦਾ ਬੈਠਾ ਸਾਡਾ, ਤੂੰ ਜਨਾਜ਼ਾ ਚੱਕ ਕੱਢਿਆ ਈ? ਓ ਮੈਂ ਰੋਵਾਂ ਦਾ ਤੋਰ ਕੀ ਕਰਾਂ, ਮੇਰਾ ਦਿਲ ਆ ਤਾਂ ਮੈਂ ਫੜ ਜਾਵਾ, ਪਤਾ ਤੇ ਮੇਰੀ ਭੈਣ ਤੈਨੂੰ ਬਲਾਦਰੀ ਬੂਹੇ ਤੇ ਬੈਠੀ ਜਵਾਬ ਉਹਨਾਂ ਨੂੰ ਸਭ ਮੈਸੇਜ ਚਾ ਦਿੱਤਾ ਈ। ਖੈਰ ਦੀ ਖੈਰ ਐ, ਅਸੀਂ ਬੈਠੇ ਨੀ ਮੂਮਾ, ਜਿੰਦੀ ਬੈਠੀਆਂ ਅੱਜ। ਉਹ ਤੂੰ ਜਿੰਦੀ ਬੈਠੀ ਐ ਤਾਂ ਹਾਲ ਤਾਂ ਕੋਈ ਨਹੀਂ ਹੈਗਾ। ਹਾਲੋ ਜਾਸੀ ਅੱਲਾ ਕਰੇ ਸੀ ਤੂੰ ਉਹਦੀ ਗੱਲ ਤਾਂ ਸੁਣਾ ਤੁਸੀਂ। ਹਾਲ ਕਿਉਂ ਨਹੀਂ ਆਉਣਾ? ਆ ਦੱਸ ਕੀ ਗੱਲ? ਅਸੀਂ ਬੈਠੇ ਨਹੀਂ ਸੇ ਜੀ, ਸਾਡੀ ਆਪਣੀ ਤਾਂ ਕੁਛ ਰੀਕਾ ਤੂੰ ਗੱਲਾਂ ਕਰਾਉਣੀਆਂ ਨੇ। ਮੇਰੀ ਤਾਂ ਨਹੀਂ ਨਹੀਂ ਮਕਸਦ ਕੀ, ਮੈਂ ਆਪਣੀ ਦੀ ਆ ਬਲੇਣ ਲੈਸਾਂ, ਆਪਣੇ ਘਰ ਲੈ ਲੈਸਾਂ। ਤੂੰ ਸੱਚੀ ਪਈਆ ਨਹੀਂ? ਹਾਂ ਮੈਂ ਤਾਂ ਅੱਗੇ ਵੀ ਫਿਰਾਵਾ ਤੇਰੇ ਮੂੰਹ ਵੱਲ ਵੇਂਦੀ ਰਹਿੰਦੀ ਆ, ਤੂੰ ਹੀ ਮੈਨੂੰ ਕੋਈ ਨਾ ਅੱਗੂ ਜਿਹੜਾ ਚੰਗਿਆ ਸਮਝਦਾ। ਮੇਰੀ ਭੈਣ ਹੋਰ ਬੱਦੀ ਆ, ਮੈਂ ਸ਼ੇਰ ਬਣ ਜਾਸੀ? ਆ ਮੈਂ ਸ਼ੇਰ ਨੂੰ ਮੈਂ ਮਨਾ ਲੈਸਾਂ। ਮੇਰੀ ਭੈਣ ਨਹੀਂ ਨਹੀਂ, ਖੁਦਾ ਦਾ ਨਾ ਜਿਹੜੀ ਜਮੈਂ ਗਲਤੀ ਕਰ ਬੈਠਾ, ਮੈਨੂੰ ਮਾਫੀ ਦੇ ਦਿਆ। ਨਹੀਂ ਤੂੰ ਪਰੇਸ਼ਾਨ ਨਾ ਹੋ, ਤੇ ਕੁਝ ਵੀ ਨਹੀਂ ਹੁੰਦਾ ਕਬਾ ਹੋ ਨਾ। ਤੇਰੀ ਜ਼ਿੰਦਗੀ ਕਰੇ, ਮੈਂ ਤਾਂ ਗੰਦੋ ਹੋ ਗਿਆ ਇਸ ਬਿਰਾਦਰੀ ਦੇ ਅੱਗੇ। ਮੇਰਾ ਵਿਆਹ ਸ਼ਰੀਕ ਐਵੇਂ ਕਰਿੰਦੇ ਨੇ, ਆਪਣੇ ਜਿਹੜੇ ਹੁੰਦੇ ਨੇ ਮੋੜ ਵੀ ਆਪਣੇ ਹੁੰਦੇ ਨੇ, ਸ਼ਰੀਕਾਂ ਨੂੰ ਕਾਇ ਨਹੀਂ ਹੁੰਦੀ। ਅਗਲੇ ਵੀ ਜੋਤੇ ਕਰਿੰਦੇ ਨੇ, ਹੋਰ ਕੁਝ ਵੀ ਨਹੀਂ ਕਰਦੇ। ਤੇ ਘਰ ਦੀਆਂ ਦਈਆਂ ਘਰਾਂ ਦੇ ਵਿੱਚ ਸੋਹਣੀਆਂ ਲੱਗਦੀਆਂ ਨੇ। ਤੇਰਾ ਭਲਾ ਹੋਵੇ ਮੇਰੀ ਭੈਣ, ਉੱਠੀ ਜੀ। ਹਾਂ ਹੁਣੇ ਸਦੇ ਲਿਆ ਬਾਲ ਵੀ ਤੇ ਹੁਣੇ ਦੀ ਕਰ, ਹੁਣੇ ਸਦੇ ਸ਼ਤ ਕਰ। ਚਲੋ ਮੈਂ ਪੁੱਤਰ ਆਪਣੇ ਨਾਪੇ ਮਨਾ ਲੈਂਦਾ। ਤੇਰਾ ਭਲਾ ਹੋਵੇ, ਜਾਨ ਕੋਈ ਨਾ, ਤੇਰੀ ਜ਼ਿੰਦਗੀ ਹੋਵੇ ਅੱਲਾ ਤੇਰੀ। ਮੇਰਾ ਤਾਂ ਵਿਰਾਜ ਬਚਿਆ, ਮੈਂ ਤਾਂ ਮਸੇ ਬਚਾਇਆ। ਕਿਉਂ ਮਾਮੂ ਕੀ ਕੀਤਾ ਨੇ? ਮਾਮੂ ਤੇਰਾ ਬੜਾ ਕੋਝ ਕਰੂਗਾ ਕਿ ਆਪਣੇ ਮਾਮੇ ਦੀ ਦੀ ਜਿਹੜੀ ਤੇਰੇ ਦੀ, ਉਦੋਂ ਜਵਾਬ ਹੋ ਗਿਆ ਤੇ ਅਸਾਂ ਆਪਣੇ ਘਰ ਲੈ ਜਾਣੀ ਵਲੇਟਣੀ ਆਪਣੇ ਘਰ ਦੇ ਤੇਰੇ ਨਾਲ ਕੀ ਇੱਥੇ ਆਵੇਂ ਨਾ ਪੁੱਤ ਇੱਥੇ ਆਵੇਂ ਨਾ।
ਅਬਾਸ ਤਾਂ ਕੁਰਾਨ ਦੇ ਮੇਰੇ ਕੱਕ ਰੱਖ ਲਾ, ਮੇਰੀ ਇੱਜ਼ਤ ਰੱਖ ਲਾ, ਹੁਣ ਮੂੰਹ ਚ ਨਾ ਬੋਲੀ ਪਿਆ। ਐ ਮੈਂ ਤੇਰੀ ਮਿੰਨਤ ਕਰੇ ਨਾ, ਮੈਂ ਤੁਹਾਡੇ ਨਾਲ ਬਹੁਤ ਜ਼ੁਲਮ ਕੀਤੇ, ਬਹੁਤ ਕੀਤੇ, ਮਿਹਰਬਾਨੀ ਮਿਹਰਬਾਨੀ। ਨਹੀਂ ਮੈਨੂੰ ਤਾਂ ਹੱਥ ਨਹੀਂ ਜੋੜਨੇ ਬਲੋ ਦੀ। ਹਾਂ ਮੈਂ ਆਪੇ ਹੁਣ ਮਿਹਨਤ ਨਹੀਂ। ਚੰਗਾ ਪੋਤਰੇ ਲਾ ਤੇ ਮੇਰੀ ਇੱਜ਼ਤ ਰੱਖ ਲਾ। ਗੱਲ ਕਾਹੀ ਨਾ ਪਿਆ ਕਰੀ। ਠੀਕ ਹੈ, ਜਲਦੀ ਕਰੋ, ਤਿਆਰੀ ਕਰੋ। ਆ ਦੋਹਾਂ ਬੰਦਿਆਂ ਤੋਂ ਪਹਿਲੇ ਪਹਿਲੇ ਤਿਆਰੀ ਕਰੋ। ਉਹ ਛੋਰਾ ਉੱਥੋਂ ਮੌਲਵੀ ਸੱਦੀ ਜਾਂਦੀ, ਤੇਰਾ ਫਲ ਹੋਵੇ। ਜਾਵੀ ਜਾਵੀ ਜਾਵੀ, ਮੈਂ ਤੇਰਾ ਇਨਸਾਨ ਜ਼ਿੰਦਗੀ ਭਰ ਨਹੀਂ ਲਾ ਸਕਦਾ। ਮੈਂ ਉਹਨੂੰ ਵੀ ਨਹੀਂ ਉਹਦੇ ਵੀ ਸਲਾਹ ਲਈ ਤੇ ਨਾ ਉਹਨੂੰ ਪੁੱਛਿਆ, ਤਾਂ ਪੁੱਤ ਨੂੰ ਵੀ ਤੇਰਾ। ਮੇਰਾ ਪੁੱਤਰੋ, ਇਹ ਮੇਰਾ ਸਾਰਾ ਕੁਝ ਤੇਰਾ, ਇਹ ਜਿਹੜਾ ਮੇਰਾ ਸਮਾਨ ਹੈ ਇਹ ਸਾਰਾ ਕੁਝ ਤੇਰਾ, ਤੇ ਮੇਰਾ ਤੋਂ ਬੜਾ ਬਰਾਮ ਰੱਖਿਆ, ਬੜੀ ਲੱਜ ਰੱਖੀ ਹੈ। ਮੇਰਾ ਪੁੱਤ ਤੇਰੀ ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਠੀਕ ਹੈ ਜੀ, ਬਸ ਕਰੋ, ਸ਼ਰਮਿੰਦਾ ਨਾ ਕਰੋ। ਪਤਾ ਨਹੀਂ ਅੰਮੀ ਕਿਸਮਤ ਕਿਵੇਂ ਲੈ ਕੇ ਆਈ ਹੈ ਮੈਨੂੰ ਇੱਥੇ। ਅੱਬੂ ਤੁਹਾਨੂੰ ਛੱਡ ਜਾਣਾ ਤੇ ਤੁਸੀਂ ਮੈਨੂੰ ਰਲਾ ਕੇ ਲੈ ਆਉਣਾ। ਪਤਾ ਬੋਤਰੇ ਸੇ ਤੂੰ ਨਾਲ ਮੇਰੇ ਆ ਕੇ ਉਸ ਜੇ ਤੈਨੂੰ ਲੈ ਆਉਂਦਾ। ਦੱਸ ਪੁੱਛ ਲਵੀਏ ਜਾਂ ਕੋਈ ਗੱਲ ਬਾਤ। ਖੁਦਾ ਦਾ ਨਾਮ ਹੈ ਉਹ ਆ ਮੇਰੀ ਬਿਨਾਂ ਤੇਰਾ ਵਪਾਰ ਪਤੇ ਦਾ ਤੂੰ ਗਈ ਕਿਹੜੇ ਕੰਮ ਆ ਤੇ ਕੰਮ ਨਾ ਪਿਆ ਕਰੀ। ਇਹ ਕੰਮ ਨਾ ਪਿਆ ਕਰ, ਮਰਦਾ ਵਾਲਾ ਕੰਮ ਕਰ। ਹੁਣ ਪਤਾ ਲੱਗ ਗਿਆ ਜਾਣਾ ਜਿਸ ਟਾਈਮ ਘਰ ਵਾਗ ਜਾਣਾ ਆਪੇ। ਠੀਕ ਹੈ ਮਾਮੂ, ਤਿਆਰੀ ਕਰਾਂ ਮੈਂ, ਤਿਆਰੀ ਕਰਾਂ। ਬਹੁ ਮੇਰਾ ਪੁੱਤਰ ਬਹੁ, ਤੇਰਾ ਭਲਾ ਹੋਇਆ ਮਸ਼, ਅੱਲਾ ਤੇਰੇ ਰੰਗ ਲਾ। ਦੂਆ ਦੇ ਹੋ ਗਿਆ ਅਜੇ ਤੱਕ ਇਹਨੂੰ ਵੱਟੇ, ਉਧਰਾਂ ਪੀਆਂ ਲਾਂਦੀਆਂ ਨਾ ਕੀ ਕਰ। ਸ਼ੁਕਰ ਸ਼ੁਕਰ ਹੈ ਕਿਵੇਂ ਆ ਗਏ ਹੋ, ਦਿਲ ਕੀਤਾ ਪਿਛਾ ਹਟਾਣ ਕਾਨ ਸ਼ਾਦੀ ਹੋ ਗਈ ਤੇ ਉਹਦੇ ਜਾਵਣਾ ਸਹੁਰੇ ਹਾਲ ਕੇ ਤੂੰ ਨਾਲ ਲਾਇਆ ਆਪਣੀ ਆਏ ਨੂੰ ਪਹਿਲੇ ਤੇ ਉਹਨੇ ਲੈ ਕੇ ਆ ਗਏ। ਕੀ ਮਤਲਬ ਹੈ, ਨਹੀਂ ਤੁਹਾਡੀ ਗੱਲ ਦੀ ਸਮਝ ਕਾਹੀ ਜਮਦੇ ਮਾਂ ਪੁੱਤਰਾਂ ਦੀ। ਅੱਬਾ ਨਰਾਜ਼ ਨੌਵੀਂ ਤੇ ਅੰਮੀ ਤਾਂ ਗੱਲ ਕੀਤੀ ਤਾਂ ਤੁਸੀਂ ਗੁੱਸਾ ਕਰ ਜਾਵਣਾ, ਉਹ ਮਜਬੂਰੀ ਇਤਨੀ ਬਣ ਗਈ ਆ ਬਈ ਤੁਹਾਨੂੰ ਦੱਸ ਹੀ ਨਹੀਂ ਸਕੇ ਤੇ ਨਾ ਸੱਦ ਸਕੇ ਆ ਬਈ ਤੁਸੀਂ ਵੀ ਆ ਜਾਓ। ਹਾਲਾਤ ਇਸ ਤਰ੍ਹਾਂ ਦੇ ਹਨ
ਮਲੰਗੀ ਖੁਦ ਕਸ਼ੀ ਕਰ ਲੈਂਦਾ ਮਾਮਾ ਮੇਰਾ, ਮਰ ਜਾਂਦਾ ਵਾਧਾ ਘਾਟਾ ਕਰ ਲੈਂਦਾ, ਉਹ ਦੋਵੇਂ ਮੀਆਂ ਬੀਵੀ ਨੁਕਸਾਨ ਆਪਣਾ ਚੱਕਰ ਦੇ ਕਹਿੰਦਾ ਨੁਕਸਾਨ ਆ। ਅੱਲਾ ਮਾਫੀ ਦੇਵੇ, ਕਿਉਂ ਨਾ ਖੁਦਕਸ਼ੀ ਕਰਨੀ, ਅੱਲਾ ਪਾਕ ਜ਼ਿੰਦਗੀ ਕਰੇ, ਇਹਦੀ ਸ਼ਾਦੀ ਹੁੰਦੀ ਪਈ ਹੈ ਤੇ ਤੁਸੀਂ ਸ਼ਾਦੀ ਅਜੇ ਤੱਕ ਗਏ ਹੋ। ਅੱਬਾ ਇਹਦੀ ਸ਼ਾਦੀ ਜਿਸ ਨਾਲ ਹੋਣੀ ਆ ਨਾ, ਹਾਂ ਉਸ ਇਨ ਟਾਈਮ ਤੇ ਆ ਕੇ ਆਖਿਆ ਵੀ ਜਿਹੜਾ ਨਾ ਮੈਨੂੰ ਕਾਰ ਚਾਹੀਦੀ ਹੈ, ਮੋਟਰਸਾਈਕਲ ਨਹੀਂ ਚਾਹੀਦਾ। ਹਾਂ ਅਗਰ ਕਾਰ ਦਿੰਦੇ ਹੋ ਤਾਂ ਮੈਂ ਤੁਹਾਨੂੰ ਠੀਕ ਬਰਾਤ ਲੈ ਕੇ ਆ ਜਾਂਦਾ, ਅਗਰ ਕਾਰ ਨਹੀਂ ਦੇ ਸਕਦੇ ਤਾਂ ਮੋੜ ਮੇਰਾ ਜਵਾਬ ਹੀ ਨੇ। ਹੁਣ ਮਾਮੂ ਕੋਲ ਤਾਂ ਗੁੰਜਾਇਸ਼ ਕੋਈ ਨਾ, ਉਸ ਆਖਿਆ ਮੇਰਾ ਪੁੱਤਰ ਮੋਟਰਸਾਈਕਲ ਲੈ ਦੇਣਾ, ਬਾਅਦ ਇੱਕ ਕਾਰ ਲੈ ਦੇਸਾ। ਅੱਛਾ ਹੁਣ ਤੁਸੀਂ ਉਦੋਂ ਜਵਾਬ ਹੋਇਆ ਤੇ ਤੁਸੀਂ ਨਾ ਕਿਉਂ ਰਾਗ, ਬਸ ਆਪਣੇ ਬੂਹੇ ਤੋਂ ਪੰਨਾ ਛੱਡਸਾ। ਨਹੀਂ ਅੱਬਾ ਜਿਹੜੇ ਸਾਹਿਬ ਨਾਲ ਅੱਬਾ ਅੰਮੀ, ਅੱਬਾ ਅੰਮੀ ਜਿਹੜੀ ਹੈ ਨਾ ਉੱਥੇ, ਅੱਬਾ ਮੀਨਾ ਤੇ ਮੈਂ ਤੇ ਨਾਸ ਜੋੜ ਕੇ ਆਂਦਾ ਪਿਆ, ਲੜੀ ਨਾ ਪਿਆ। ਨਹੀਂ ਮੈਂ ਲੜਦਾ ਤਾਂ ਨਹੀਂ, ਮੇਰੇ ਕੋਲ ਹੋ ਗਈ ਬਸ ਮਾਮੂ ਦੀ ਇੱਜ਼ਤ ਰੱਖੀਏ। ਪਰ ਉਹ ਅੰਮੀ ਆਖਿਆ ਬਈ ਅਗਰ ਇਸ ਮੌਕੇ ਤੇ ਅਸੀਂ ਆਪਣੀ ਧੀ ਆਪ ਨਾ ਖੁੰਜੀਏ ਨਾ ਤੇ ਅਸੀਂ ਨਾ ਸਾਈ ਬਣੀਏ ਤਾਂ ਮੁੜ ਸਾਰੇ ਜਹਾਨ ਦੇ ਵਿੱਚ ਮੇਰਾ ਵਿਰਾਹ ਕੀ ਮੂੰਹ ਵਿਕਾਈ ਸੀ। ਹੁਣ ਬਸ ਇਹ ਬਾਲੇ ਆਖਣਾ ਤੇ ਪਿਓ ਦੇ ਬੂਹੇ ਤੇ ਦੀ ਸ਼ਾਦੀ ਨਹੀਂ ਹੋਈ ਤੇ ਉੱਥੇ ਜਾ ਕੇ ਪੁੱਤ ਦੀ ਸ਼ਾਦੀ ਹੋ ਗਈ ਹੈ, ਮੈਂ ਨਿਕਾਹ ਕਰ ਲਿਆ ਉਹਦੇ ਨਾਲ। ਸ਼ਾਦੀ ਤੂੰ ਨਿਕਾਹ ਕਰ ਲਿਆ? ਅੱਬਾ ਉਸ ਟਾਈਮ ਇਹਨਾਂ ਦੀ ਹਾਲਤ ਇਹ ਆ ਕਿ ਮੈਂ ਤੇ ਆਖਸਾ ਇਹ ਸਾਰੇ ਟੱਬਰ ਜ਼ਹਿਰ ਲੈ ਕੇ ਮਰ ਜਾਣਾ ਤੇ ਮੈਂ ਆਖਿਆ ਠੀਕ ਹੈ ਮੈਂ ਕਰ ਲੈਣਾ ਸ਼ਾਦੀ ਸਾਰੇ। ਔਰ ਉਦੋਂ ਜਵਾਬ ਹੋਇਆ ਤਾਂ ਇਹਦਾ ਮਾਂ ਪਿਓ ਤਾਂ ਵਾਕਿਆ ਮਰ ਜਾਵਣਾ। ਤੂੰ ਪੁੱਤ ਮੈਨੂੰ ਇਹ ਦੱਸ, ਇਹਨਾਂ ਦਾ ਕੋਈ ਡਰ ਜਾਕਰ ਰੱਖਣਾ, ਆਪਣੀ ਮਰਜ਼ੀ ਨਾਲ ਸ਼ਾਦੀ ਕੀਤੀ ਹੈ ਜਾਂ ਇਹਨਾਂ ਜ਼ਬਰਦਸਤੀ? ਸ਼ੁਕਰ ਹੈ ਅਮਨ ਸ਼ੇਰ, ਇਹ ਮੇਰਾ ਪੁੱਤ ਉਹਨਾਂ ਨੂੰ ਪਤਾ ਹੁੰਦਾ ਹੈ ਜਿਹਨਾਂ ਦੀ ਧੀਆਂ ਜੰਮੀ ਹੋਈਆਂ ਆਪਣੇ ਘਰ ਹੋਵੇਣ ਤੇ ਮੁੜ ਐਨ ਟਾਈਮ ਤੇ ਆ ਕੇ ਐਨ ਵਾਂਗ ਜਵਾਬ ਦੇਵੇ ਨਾ। ਮੇਰਾ ਪੁੱਤਰ ਉਹ ਮਾਂ ਪਿਓ ਤਾਂ ਉੱਥੇ ਹੀ ਮੌਕੇ ਤੇ ਮਰ ਜਾਂਦਾ ਹੁੰਦਾ ਹੈ, ਜੇ ਅਗਰ ਉਹ ਮਰਨ ਵੀ ਨਹੀਂ ਤਾਂ ਉਹ ਟੁਰਦੇ ਫਿਰਦੇ ਵੀ ਲਾਸ਼ਾਂ ਵਧੀਆਂ ਆਉਂਦੀਆਂ ਨੇ, ਉਹਨਾਂ ਦੇ ਜਾਨ ਕਾਹੀ ਨੂੰ ਆਉਂਦੀ? ਬਿਲਕੁਲ ਇਸ ਤਰ੍ਹਾਂ, ਕਿਉਂਕਿ ਦੀਆ ਇੱਕ ਰਿਸ਼ਤਾ ਹੀ ਐਸਾ ਕਿ ਜਿਹੜਾ ਮਾਂ ਪਿਓ ਨੂੰ ਬੇਬਸ ਕਰ ਛੱਡਦਾ, ਜਿਹਨੂੰ ਕਿਤੇ ਤੁਰਨ ਦਾ ਨਹੀਂ ਛੱਡਦਾ, ਤੇ ਇਹੋ ਜਿਹੇ ਲਾਂਚੀ ਬੰਦੇ ਜਿਹੜੇ ਉਹਨਾਂ ਨੂੰ ਪਤਾ ਵੀ ਜਾਦੂਆਂ ਦੇ ਭੂਏ ਤੇ ਬੈਠੀ ਹੈ, ਅੱਜ ਮੈਂ ਮਜਬੂਰੀ ਵਿਖਾਈ ਸਨ ਤਾਂ ਹੋ ਸਕਦਾ ਪੂਰੀ ਕਰ ਛੱਡੇ ਭਾਵੇਂ ਪਿੰਨ ਕੇ ਕਰੇ। ਮਲੰਗੀ ਦੀ ਰਸਾਜ ਵਿੱਚ ਹਾਂ ਪੁੱਤਰ? ਵਾਹ ਮਲੰਗੀ ਵਾਹ। ਅੱਬਾ ਮਲੰਗੀ ਤੇ ਮੇਰੇ ਅੱਗੋਂ ਰੋ ਪਿਆ ਤੇ ਉਹ ਕਿਹੜੀ ਔਲਾਦ ਜਿਹੜੇ ਆਪਣੇ ਵੱਡਿਆਂ ਨੂੰ ਰੁਆਵੇ ਤੇ ਔਖਿਆਂ ਕਰੇ। ਮੈਂ ਇਹੋ ਸੋਚਿਆ ਬਈ ਜਿਹੜਾ ਇਹੋ ਜਿਹੇ ਮੌਕੇ ਤੇ ਕਿਸੇ ਦੀ ਧੀ ਨੂੰ ਜਾਂ ਕਿਸੇ ਦੀ ਫੈਮਿਲੀ ਨੂੰ ਰਵਿੰਦਾ ਹੈ ਨਾ, ਉਹ ਕਦੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਪਾ ਸਕਦਾ ਕਦੇ ਵੀ ਜ਼ਿੰਦਗੀ ਚੋਂ ਬੰਦਾ ਖੁਸ਼ ਨਾ ਰਹੇ। ਇਹੋ ਜਿਹੇ ਮੌਕੇ ਤੇ ਮੈਂ ਇਹੋ ਹੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੀ ਖੁਸ਼ੀਆਂ ਜਿਹੜੀਆਂ ਨਾ ਇਹਨਾਂ ਨੂੰ ਜ਼ੰਗ ਨਾ ਲੱਗ ਜਾਵੇ ਤੇ ਇਹ ਆਪਣੇ ਆਪ ਨੂੰ ਬਰਬਾਦ ਨਾ ਕਰ ਲਵੇਣ। ਮੈਂ ਇਹਨੂੰ ਇਹ ਬਿਹਤਰ ਫੈਸਲਾ ਸਮਝਿਆ ਤੇ ਮੈਂ ਕਰ ਲਿਆ। ਹੁਣ ਮੇਰੀ ਗੱਲ ਸੁਣ ਲਾ, ਮੇਰੀ ਦੇ
ਜਿਹੜੀ ਆਹ ਜੋਟੀ ਖਲੋਤੀ ਹੈ ਉਹ ਮੋਟਣ ਫਤਾਵੀ ਦੀ ਮੇਰੇ ਆਲੂ ਹੋ ਗਈ ਅੱਜ ਤੇ ਮੈਂ ਆ ਨਹੀਂ ਸਕਿਆ ਪੁੱਤਰ ਇਹ ਮੇਰੇ ਤਰਫੋਂ ਮੂੰਹ ਵਿਖਾਈ ਹੋ ਗਈ ਅੱਜ ਤੇ ਅੱਲਾ ਪਾਕ ਤੁਹਾਡੀ ਜ਼ਿੰਦਗੀ ਕਰੇ ਤੁਸੀਂ ਖੁਸ਼ ਬਾਸ਼ ਰਹੋ ਮੈਨੂੰ ਛੋੜਿਆ ਤੇ ਮੈਂ ਉਹਨਾਂ ਦੇ ਨਾਲ ਚਲਾ ਗਿਆ ਤੇ ਉੱਥੇ ਵੇਖ ਲੋ ਕਦੀ ਦਿਮਾਗ ਦੇ ਵਿੱਚ ਆਇਆ ਕਿ ਇਨ ਟਾਈਮ ਤੇ ਆ ਕੇ ਉਹ ਜਵਾਬ ਦੇ ਛੱਡ ਸਨ ਤੇ ਮੇਰੀ ਇਹਦੇ ਨਾਲ ਸ਼ਾਦੀ ਹੋ ਜਾਸੀ ਇਹਦੇ ਵਿੱਚ ਉਹ ਖੁਦਾ ਦਾ ਨਿਜ਼ਾਮ ਅਗਰ ਅਸੀਂ ਸੋਚੀਏ ਨਾ ਇਹ ਅੱਲਾ ਪਾਕ ਦਾ ਆਪਣਾ ਹੀ ਨਿਜ਼ਾਮ ਹੈ ਅੱਲਾ ਪਾਕ ਦਾ ਆਪਣਾ ਹੀ ਫੈਸਲਾ ਹੈ ਇਹ ਨਸੀਬ ਹੀ ਸਾਡੇ ਇਹ ਦੇ ਰਲ ਗਿਆ ਨਾ ਜਿਵੇਂ ਮੈਂ ਇਸ ਨਾਲ ਲੜਿਆ ਨਾ ਇਹਦੇ ਜਾਵਣ ਦਾ ਜਵਾਬ ਸੀ ਕੋਈ ਨਾ ਲੇਕਿਨ ਇਸ਼ਰ ਦੇ ਸ਼ੇਰ ਦੇ ਮੁਕੱਦਰ ਉਦੋਂ ਅੱਲਾ ਪਾਕ ਲਿਖਿਆ ਹੋਇਆ ਵੀ ਤੁਸੀਂ ਆਵਣਾ ਹੈ ਉਦੋਂ ਜਵਾਬ ਆਉਣਾ ਤੁਹਾਡਾ ਆਪਸ ਵਿੱਚ ਨਿਕਾਹ ਹੋਣਾ ਹੈ ਇਹ ਹੁੰਦੇ ਨੇ ਮੁਕੱਦਰ ਤੇ ਮੁਕੱਦਰਾਂ ਨੂੰ ਕੋਈ ਬੰਦਾ ਕਦੇ ਟਾਲ ਨਹੀਂ ਸਕਦਾ ਸਮਝ ਆ ਗਈ ਜ਼ਿੰਦਗੀ ਚ ਪਹਿਲੀ ਵਾਰੀ ਫੈਸਲਾ ਠੀਕ ਕੀਤਾ ਮਾਂ ਪੁੱਤਰਾ ਰਲ ਕੇ ਸਾਰਾ ਕੁਝ ਲਾਵਣ ਵਾਲੀ ਮੇਰੀ ਭੈਣ ਸਗਲੀ ਮਾਂ ਤੇ ਗਈ ਹੈ ਮੇਰਾ ਵੀਰਾ ਇਹ ਰਲਾਵਣ ਵਾਲਾ ਹੈ ਮੁਕੱਦਰ ਤੇ ਉਹ ਵੀ ਦੀ ਦੇ ਮੁਕੱਦਰ ਜੇ ਅਗਰ ਇਹ ਜੋੜਾ ਨਾ ਬਣਦਾ ਅਸੀਂ ਕਿਧੂ ਰਲੀਏ ਇਵੇਂ ਨਫ਼ਰਤ ਤੇਰੀ ਆਪਣੇ ਅੰਦਰ ਮੇਰੀ ਆਪਣੇ ਅੰਦਰ ਅਸਾਂ ਆਪਣੇ ਆਪਣੇ ਘਰ ਵਿੱਚ ਨਫ਼ਰਤ ਹੀ ਰੱਖਣੀ ਆ ਕਦੀ ਅਸੀਂ ਮੇਲ ਨਾ ਕਰ ਸਕਣਾ ਲੇਕਿਨ ਔਲਾਦ ਅਸੀਂ ਅੱਲਾ ਪਾਕ ਮਿੱਠਾ ਮੇਵਾ ਬਣਾਇਆ ਹੈ ਨਾ ਸੁਭਾਨ ਅੱਲਾ ਕਿ ਉਹ ਕਿਤਨੀਆਂ ਲੜਾਈਆਂ ਦੁਸ਼ਮਣੀਆਂ ਔਲਾਦ ਮੁਕਾ ਛੱਡਿਆਂ ਹੁਣ ਮੇਰਾ ਵੀਰਾ ਆਏ ਦੀ ਇਹ ਤੇਰੀ ਉਸ ਆ ਜਿਹੜੀ ਹੈ ਨਾ ਮੇਰੀ ਭੈਣ ਆ ਜਿਹੜੀ ਮੇਰੀ ਭੈਣ ਖਲੋਤੀ ਹੁਣ ਇਹ ਰਾਸੀ ਮੇਰੇ ਕੋਲ ਆ ਜੀਜੂ ਤੇਰੇ ਕੋਲ ਆ ਗਈ ਵਾਹ ਬਈ ਵਾਹ ਇਹਦਾ ਸੌਦਾ ਵਾਹ ਬਈ ਵਾਹ ਪਿਓ ਸਾਡੇ ਨੂੰ ਰੰਡਣ ਕਰਕੇ ਲੈ ਜਾਉਂ ਓਏ ਯਾ ਤਾਂ ਖਾਵੜ ਕਰੀ ਨਹੀਂ ਹੈ ਮਤਲਬ ਹੈ ਕਿ ਵੱਟਾ ਕਰੂ ਹੈ ਅੱਗੇ ਤੈਨੂੰ ਵੱਟੇ ਨਾਲ ਦਿੱਤੀ ਹਾਂਜੀ ਜਨਾਬ ਸਾਰੇ ਵੇਖ ਰੋ ਮਲੰਗੀ ਸਾਹਿਬ ਜਨਾਬ ਵਾਪਸ ਆ ਗਏ ਨੋ ਮਹੀਨਾ ਰੈਸਟ ਕਰਕੇ ਬਿਮਾਰ ਸ਼ਿਮਾਰ ਰਹੇ ਨੋ ਤੇ ਅੱਲਾ ਕੀਤਾ ਠੀਕ ਹੋ ਗਏ ਨਾ ਇਹ ਸਟੋਰੀ ਦਾ ਜੀ ਮੈਸੇਜ ਜਸਟ ਇਹੋ ਹੀ ਹੈ ਕਿ ਇਹੋ ਜੇ ਮੌਕੇ ਤੇ ਆ ਕੇ ਨਾ ਅਕਸਰ ਮੈਂ ਸੁਣੇ ਨਾ ਇਸ ਤਰ੍ਹਾਂ ਦੇ ਸੀਨ ਬਈ ਇਨ ਟਾਈਮ ਤੇ ਆ ਕੇ ਸ਼ਾਦੀ ਤੋਂ ਇੱਕ ਦਿਨ ਪਹਿਲੇ ਦੋ ਦਿਨ ਪਹਿਲੇ ਸ਼ਾਦੀ ਵਾਲੇ ਦਿਨ ਜਵਾਬ ਦੇ ਛੱਡ ਦੇਣ ਜੀ ਤੁਸੀਂ ਤੇ ਸਾਡੀਆਂ ਖਾਹਿਸ਼ਾਂ ਪੂਰੀਆਂ ਨਹੀਂ ਕੀਤੀਆਂ ਤੇ ਐ ਨਹੀਂ ਕੀਤੀਆਂ ਔਰ ਜਦੋਂ ਤੁਹਾਨੂੰ ਜਾਨ ਦਾ ਟੁਕੜਾ ਦੀ ਦਿੰਦੇ ਪੈ ਨਾ ਤੇ ਇਹ ਚੀਜ਼ਾਂ ਕੀ ਮੈਟਰ ਕਰਦੀਆਂ ਨਾ ਇੰਤਹਾਈ ਲਾਲਚੀ ਤੇ ਖੁਦਗਰਜ਼ ਇਨਸਾਨ ਹੁੰਦੇ ਨੇ ਸਭ ਤੋਂ ਪਹਿਲੇ ਇਹੋ ਜਿਹੇ ਲੋਕਾਂ ਦੀ ਤਹਿਕੀਕ ਕਰ ਲਈ ਕਰੋ ਅਵਾਰਡ ਗਵਾਰਡ ਕਮ ਅਜ਼ ਕਮ ਡਾਇਰੈਕਟ ਨਾ ਪੁੱਛੋ ਨਾ ਅਵਾਰਡ ਗਵਾਰਡ ਥਰਡ ਬੰਦੇ ਨੂੰ ਗੱਲ ਕੇ ਜਾਂ ਡਾਇਰੈਕਟ ਖੁਦ ਜਾ ਕੇ ਪੁੱਛ ਲਓ ਬਈ ਇਹ ਕਿਹੋ ਜਿਹੇ ਬੰਦੇ ਨੇ ਇਹ ਦੀਆਂ ਆਉਂਦੀਆਂ ਨੂੰ ਕੋਈ ਭੇਡਾਂ ਬੱਕਰੀਆਂ ਨਹੀਂ ਆਉਂਦੀਆਂ ਇਹਨਾਂ ਨੂੰ ਦੇਵਣ ਤੋਂ ਪਹਿਲੇ 100 ਵਾਰੀ ਵੇਖੋ ਅਗਲਿਆਂ ਨੂੰ ਬਈ ਉਹ ਕਿਹੋ ਜਿਹੇ ਬੰਦੇ ਹਨ ਤੇ ਕੀ ਉਹਨਾਂ ਦਾ ਹਿਸਾਬ ਕਿਤਾਬ ਹੈ ਉਸ ਤੋਂ ਬਾਅਦ ਕੀਤਾ ਕਰੋ ਲੇਕਿਨ ਕਿਸੇ ਦੇ ਢੇਡ ਦਾ ਨਹੀਂ ਪਤਾ ਲੱਗਦਾ ਵਾਕਿਆ ਕਿ ਚਿਹਰਾ ਹੋਰ ਦੱਸਦਾ ਹੈ ਤੇ ਢੇਡ ਰੰਗ ਹੋਰ ਆਉਂਦੇ ਲੇਕਿਨ 4 ਦਿਨ ਇਤਨਾ ਇੰਤਜ਼ਾਰ ਕਰ ਲਓ ਉਹਨਾਂ ਬੰਦਿਆਂ ਦਾ ਇਹ ਆਪਣਾ ਮਿਲੋ ਜੁਲੋ ਉਹਨਾਂ ਨੂੰ ਪਤਾ ਲੱਗੇ ਆਸੇ ਪਾਸੇ ਪੁੱਛੋ ਦੱਸੋ ਕਿ ਬੰਦੇ ਕੀ ਹੋ ਜਾਣ ਹੋ ਸਕਦਾ ਰਹਿਸ਼ੀਆਂ ਨੂੰ ਪਤਾ ਹੋਵੇ ਕਿ ਬੰਦੇ ਕਿਸ ਜ਼ਮੀਰ ਦੇ ਨੈਕਸਟ ਵੀਡੀਓ ਦੇ ਵਿੱਚ ਇਨਸ਼ਾਅੱਲਾ ਜਿੰਨੇ ਮੇਰੇ ਭਾਈ ਮੇਰੀ ਭੈਣਾਂ ਵੀਡੀਓ ਵੇਖਦੇ ਨਾ
ਉਹਨਾਂ ਦਾ ਇਨਸ਼ਾਅੱਲਾ ਨਾਂ ਅਨਾਊਂਸ ਕੀਤਾ ਜਾ ਸੀਗਾ। ਤੁਸੀਂ ਆਪਣਾ ਨਾਂ ਸਾਨੂੰ ਮੈਂਸ਼ਨ ਕਰਕੇ ਦੱਸਣਾ ਕਿਹੜੇ ਇਲਾਕੇ ਦੇ ਹੋ ਤੇ ਕਿਹੜੀ ਜਗ੍ਹਾ ਤੇ ਹੋ। ਤੇ ਹੁਣ ਸਾਡਾ ਭਾਈ ਬਹੁਤ ਹੀ ਪਿਆਰਾ ਭਾਈ ਕਾਬਿਲ ਮਜ਼ਹਰ ਜਿਹੜੇ ਇਸ ਟਾਈਮ ਈਰਾਨ ਵਿੱਚ ਹੁੰਦੇ ਆ, ਸਪੈਸ਼ਲੀ ਇਹ ਵੀਡੀਓ ਉਹਨਾਂ ਦੇ ਨਾਲ। ਪਾਕਿਸਤਾਨ ਕਾਬਿਲ ਮਜ਼ਹਰ, ਪਾਕਿਸਤਾਨ ਜ਼ਿੰਦਾਬਾਦ।